ਦਹਿਸ਼ਤਵਾਦ ਦਾ ਦੌਰ ਵੀ ਆਇਆ ਸੀ ਜੀ, ਉਸ ਦਾ ਤੁਹਾਡੇ ਮਨ ਤੇ ਕਿਹੋ ਜਿਹਾ ਅਸਰ ਪਿਆ ਉਦੋਂ? ਬੜਾ ਉਦੋਂ ਮੈਂ ਗੀਤ ਲਿਖਿਆ ਸੀ, ਮੈਂ ਧਰਤੀ ਪੰਜਾਬ ਦੀ ਲੋਕ ਵਸਤੀ ਉਜੜ ਗਈ, ਅੱਜ ਮੇਰੇ ਪੁੱਤਰਾਂ ਨੇ ਲੁੱਟਿਆ ਜੋ ਕੁਛ ਮੇਰਾ ਸੀ, ਪਹਿਲਾਂ ਪਾਕਿਸਤਾਨ ਬਣਾ ਕੇ, ਹਾਂਜੀ, ਫਿਰ ਹੋਰ ਤਰ੍ਹਾਂ ਦੇ ਹਾਲਾਤ ਪੈਦਾ ਹੋਏ, ਫਿਰ 84 ਆ ਗਿਆ, ਪੰਜਾਬ ਕਿੱਥੋਂ ਤੱਕ ਹੁੰਦਾ ਸੀਗਾ, ਅਫਗਾਨਿਸਤਾਨ ਤੱਕ, ਹਾਂਜੀ, ਪੰਜਾਬ ਨੂੰ ਫਿਰ ਛੋਟਾ ਛੋਟਾ ਹੁੰਦਾ ਗਿਆ, ਛੋਟਾ ਹੁੰਦਾ ਗਿਆ, ਛੋਟਾ ਹੁੰਦਾ ਗਿਆ, ਮਾਂ ਸੁੰਗੜ ਦੀ ਗਈ ਬਚਾਰੀ, ਸੋ ਮਾਂ ਦੇ ਟੋਟੇ ਨਹੀਂ ਹੋ ਸਕਦੇ, ਕਿਉਂਕਿ ਮਾਂ ਤੇ ਉਧਰ ਦੀ ਵੀ ਉਹੀ ਹੈ, ਮਾਂ ਇਧਰ ਵੀ ਉਹੀ ਹੈ। ਕੈਨੇਡਾ ਚ ਸੀਗੇ ਮੇਰੇ ਖਿਆਲ ਜਦੋਂ 84 ਦਾ ਉਹ ਹੋਇਆ, ਪੁਲਿਸ ਸਟਾਰ ਹੋਇਆ, ਤੇ ਮੈਨੂੰ ਇਹ ਪਤਾ ਲੱਗਿਆ ਤੁਸੀਂ ਸ਼ੋਅ ਵੀ ਇੱਕ ਆਪਣਾ ਉਸ ਵੇਲੇ ਸੀ, ਤੁਸੀਂ ਇੰਨੇ ਉਦਾਸ ਹੋ ਗਏ ਸੀ, ਸ਼ੋਅ ਰੱਦ ਕਰਤਾ ਸੀ ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ। ਉਹ ਸਾਡੀ ਸਾਰੀ ਇਸ ਇਤਿਹਾਸ ਦਾ ਇੱਕ ਬਹੁਤ ਵੱਡੀ ਘਟਨਾ ਸੀਗੀ, ਜਿਹੜੀ ਰੱਬ ਕਦੇ ਨਾ ਦਿਖਾਵੇ ਇਹੋ ਜਿਹਾ ਦਿਨ। ਹਾਂਜੀ, ਉਹ ਜਦੋਂ ਉੱਥੇ ਹੋਏ, ਸਾਨੂੰ ਜਿਹੜੇ ਸਾਡੇ ਪ੍ਰਮੋਟਰ ਸੀਗੇ ਕਹਿੰਦਾ ਜੀ ਸ਼ੋਅ ਕਰਨਾ। ਅੱਛਾ, ਮੈਂ ਕਿਹਾ ਯਾਰ ਸ਼ੋਅ ਕਿਵੇਂ ਕਰਾਂਗੇ? ਅੱਛਾ, ਜਿਨ੍ਹਾਂ ਨੇ ਸੁਣਨ ਆਉਣਾ ਉਹ ਵੀ ਪੰਜਾਬੀ ਨੇ, ਜਿਹਨੇ ਗਾਉਣਾ ਉਹ ਵੀ ਪੰਜਾਬੀ ਹੈ, ਤੇ ਸਾਰੇ ਅਸੀਂ ਉਸ ਪਰਿਵਾਰ ਨਾਲ ਜੁੜੇ ਹੋਏ ਹਾਂ ਜਿਸ ਪਰਿਵਾਰ ਦੇ ਉੱਤੇ ਐਡਾ ਵੱਡਾ ਝਟਕਾ ਲੱਗਿਆ। ਠੀਕ ਹੈ, ਕਹਿੰਦਾ ਨਹੀਂ ਜੀ ਮੈਨੂੰ ਤਾਂ ਮੇਰਾ ਨੁਕਸਾਨ ਹੋ ਜਾਣਾ, ਮੇਰੇ ਤਾਂ ਕੱਪੜੇ ਪਾੜ ਦੇਣੇ ਲੋਕਾਂ ਨੇ, ਮੇਰੇ ਤਾਂ ਜਿਹੜੀਆਂ ਮੈਂ ਟਿਕਟਾਂ ਵੇਚੀਆਂ, ਮੇਰਾ ਤਾਂ ਨੁਕਸਾਨ ਇਸ ਤਰ੍ਹਾਂ ਦਾ ਹੋ ਜਾਣਾ। ਮੈਂ ਕਿਹਾ ਯਾਰ ਮੈਂ ਤੂੰ ਇਸ ਨੂੰ ਆਪਾਂ ਸ਼ੇਅਰ ਕਰ ਲੈਂਦੇ ਹਾਂ, ਜੋ ਵੀ ਇਸ ਤਰ੍ਹਾਂ ਦਾ ਹੋਊਗਾ ਆਪਾਂ ਸ਼ੇਅਰ ਕਰ ਲਾਂਗੇ। ਅੱਛਾ, ਕਹਿੰਦਾ ਨਹੀਂ ਜੀ ਤੁਹਾਨੂੰ ਸ਼ੋਅ ਦੇਣਾ, ਲਓ ਜੀ ਸ਼ੋਅ 'ਤੇ ਅਸੀਂ ਚਲੇ ਗਏ। ਅੱਛਾ, ਮੈਂ ਇੱਕ ਜਗ੍ਹਾ 'ਤੇ, ਕਿਉਂਕਿ ਮੈਂ, ਹਾਂਜੀ ਟੋਰਾਂਟੋ ਸੀ, ਮੈਂ ਆਪਣੇ ਗ੍ਰੀਨ ਰੂਮ ਦੇ ਵਿੱਚ ਬੈਠਾ, ਮੈਂ ਜਦੋਂ ਤਿਆਰ ਹੁੰਦਾ ਆਪਣੇ ਪਰਫਾਰਮੈਂਸ ਲਈ, ਮੈਂ ਇਕੱਲਾ ਆਪਣੇ ਸਾਰਿਆਂ ਨੂੰ ਕਮਰੇ ਦੇ ਵਿੱਚ ਮੈਂ ਇਕੱਲਾ ਹੀ ਹੁੰਦਾ, ਸੋ ਮੈਂ ਉਹ ਬੈਠਾ ਆਪਣੇ ਮੁਰਸ਼ਦ ਨੂੰ ਯਾਦ ਕਰ ਰਿਹਾ, ਸਾਈਂ ਨੂੰ ਯਾਦ ਕਰ ਰਿਹਾ, ਇਸ ਤਰ੍ਹਾਂ ਰੱਬ ਨੂੰ ਯਾਦ ਕਰ ਰਿਹਾ ਕਿ ਮੇਰਾ, ਮੇਰੀ ਮੁਸ਼ਕਲ ਹੁਣ ਤੇਰੇ ਹੱਥ ਹੈ, ਇਸ ਨੂੰ ਆਸਾਨ ਕਰ ਦੇ। ਅੱਛਾ, ਮੇਰੀ ਸਮੱਸਿਆ ਦਾ ਸਮਾਧਾਨ ਤੇਰੇ ਹੱਥ ਹੈ, ਜੋ ਤੂੰ ਕਰਵਾਏਗਾ ਉਹ ਮੇਰਾ, ਮੈਂ ਕੁਛ ਮੇਰੇ ਵੱਸ 'ਚ ਨਹੀਂ ਆ। ਕਹਿੰਦੇ ਜੀ ਉਧਰ ਅਨਾਊਂਸ ਹੋ ਗਿਆ। ਅੱਛਾ, ਚਲੋ ਜੀ ਆਓ ਜੀ ਗੁਰਦਾਸ ਜੀ, ਆਓ ਜੀ। ਅੱਛਾ ਅੱਛਾ, ਕੁਛ ਨਹੀਂ ਪਤਾ ਮੈਂ ਕੀ ਹੋਣਾ, ਕਿਸੇ ਨੂੰ ਕੁਛ ਪਤਾ ਨਹੀਂ ਕੀ ਹੋਣਾ। ਅੱਛਾ, ਮੈਂ ਗਿਆ ਸਟੇਜ ਦੇ ਉੱਤੇ, ਮੈਂ ਸਟੇਜ ਦੇ ਉੱਤੇ ਜਾ ਕੇ ਸਾਰਿਆਂ ਨੂੰ, ਮੈਂ ਸਰੋਤੇ ਖੜੇ, ਜਿਸ ਤਰ੍ਹਾਂ ਸਾਰੇ ਬੈਠੇ ਸੀ, ਸਰੋਤੇ ਸਰੋ ਬੈਠੇ ਬੈਠੇ ਹੋਇਆ ਜੀ, ਕਿਸੇ ਨੇ ਕੁਛ ਨਹੀਂ ਬੋਲਿਆ। ਅੱਛਾ ਅੱਛਾ, ਸੁਣ ਲਈ ਬੈਠੇ ਹੋ ਆਏ ਮੈਂ। ਮੈਂ ਜਾ ਕੇ ਸਾਰਿਆਂ ਨੂੰ ਨਮਸਕਾਰ ਕੀਤੀ, ਜੋ ਸ਼ੁਰੂਆਤ ਦੇ ਲਫ਼ਜ਼ ਹੋਤੇ ਹੁੰਦੇ ਨੇ ਸਾਰਿਆਂ ਦੇ ਸਤਿਕਾਰ ਦੇ ਬੋਲੇ, ਬੋਲਣ ਤੋਂ ਬਾਅਦ ਮੈਂ ਕਿਹਾ ਕਿ ਮੇਰੀ ਦਾਦੀ, ਹਾਂਜੀ, ਜਦੋਂ ਸਾਡੇ ਆਂਢ ਗੁਆਂਢ 'ਚ ਮਰਗ ਹੋ ਜਾਂਦੀ ਸੀ ਕਿਸੇ ਪਰਿਵਾਰ ਦੇ ਨਾਲ, ਐਸਾ ਕੋਈ ਸਦੀਵੀ ਵਿਛੋੜਾ ਕੋਈ ਅਜੀਬ ਪੈ ਜਾਂਦਾ ਸੀ, ਹਾਂਜੀ, ਤੇ ਮੇਰੀ ਦਾਦੀ ਕਹਿੰਦੀ ਸੀ ਭਾਈ ਰੇਡੀਓ ਨਾ ਲਾਇਓ। ਅੱਛਾ, ਆ 10-12 ਦਿਨ ਰੇਡੀਓ ਨਾ ਲਾਇਓ, ਆਂਢ ਗੁਆਂਢ 'ਚ ਜੀ ਤੁਸੀਂ ਟਕਣ, ਮਤਲਬ ਟਲਣਾ ਵੀ ਨਹੀਂ, ਉਹਨਾਂ ਕੋ ਲਾਇਓ ਤਾਂ ਕਿ ਦੂਜਿਆਂ ਨਾ ਸੁਣੇ। ਮੈਂ ਕਿਹਾ ਜੀ ਇਹ ਕੀ ਗੱਲ? ਅੱਛਾ, ਕਹਿੰਦੇ ਨੇ ਦੂਜਿਆਂ ਦੇ ਦੁੱਖ ਦੇ ਵਿੱਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ, ਖੁਸ਼ੀ 'ਚ ਸ਼ਾਮਲ ਹੋ ਜਾਂ ਨਾ ਹੋ, ਦੁੱਖ 'ਚ, ਦੁੱਖ 'ਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ, ਤਾਂ ਅਸੀਂ ਉਹਨਾਂ ਨੇ ਕਿਹਾ ਵੀ ਮਤਲਬ ਸਾਡੇ ਘਰ ਸੱਭਿਆਚਾਰ ਵੀ ਹੈ ਸਾਡਾ, ਹਾਂਜੀ ਇਸ ਤਰ੍ਹਾਂ ਦਾ ਮਾਤਮ ਹੈ ਔਰ ਇਹਨਾਂ ਦੇ ਘਰ ਵਾਜੇ ਵੱਜ ਰਹੇ ਨਾ ਭਾਈ ਇਸ ਤਰ੍ਹਾਂ ਦਾ ਨਹੀਂ, ਤੇ ਅੱਜ ਸਾਡੇ ਘਰ ਦੇ ਵਿੱਚ ਮਾਤਮ ਹੋਇਆ ਹੋਇਆ, ਸਾਡੇ ਘਰ ਦੇ ਵਿੱਚ ਉਹ ਉਦਾਸੀ ਛਾਈ ਵੀ ਹੈ ਜਿਹੜੀ ਅਸੀਂ ਬਰਦਾਸ਼ਤ ਤੋਂ ਬਾਹਰ ਹੈ ਸਾਡੇ। ਅੱਛਾ, ਅਤੇ ਮੈਂ ਹੁਣ ਮੇਰੀ ਦਾਦੀ ਦੇ ਕਹੇ ਹੋਏ ਵਚਨ ਕਿਵੇਂ ਝੂਠੇ ਕਰ ਦਿਆਂ? ਮੈਂ ਕਿਹਾ ਮੈਂ ਇੱਥੋਂ ਨਹੀਂ ਕਹਾਇਆ ਜਾਣਾ ਬਾਬੇ, ਮੈਂ ਲੋਕਾਂ ਨੇ ਇੰਨੀਆਂ ਤਾੜੀਆਂ, ਇੰਨਾ ਪਿਆਰ ਦਿੱਤਾ ਮੈਨੂੰ ਉਸ ਗੱਲ ਤੋਂ, ਉਹਨਾਂ ਨੂੰ ਲੱਗਿਆ ਕਿ ਇਹਨੇ ਜੋ ਗੱਲ ਕਹੀ ਸਹੀ ਕਹੀ। ਮੈਂ ਕਿਹਾ ਤੁਹਾਡੀਆਂ ਜਿਹੜੀਆਂ ਜਿੰਨਾ ਵੀ ਜਿਹੜੀ ਟਿਕਟ ਭਰੀ ਹੈ ਉਸ ਦੀ ਟਿਕਟ ਅਸੀਂ ਵਾਪਸ ਕਰਾਂਗੇ, ਉਸ ਦੇ ਪੈਸੇ ਅਸੀਂ ਵਾਪਸ ਕਰਾਂਗੇ। ਅਸੀਂ ਖਿੜਕੀ 'ਤੇ ਮੈਂ ਖੁਦ ਜਾ ਕੇ ਬੈਠਾ, ਪਰ ਕਿਸੇ ਨੇ ਕੋਈ ਟਿਕਟ ਵਾਪਸ ਨਹੀਂ, ਜਿਹੜਾ ਜੋ ਸੀ। ਸੋ ਉਹ ਪਿਆਰ, ਉਹ ਸਤਿਕਾਰ ਸ਼ਾਇਦ ਆਹਿਸਤਾ ਆਹਿਸਤਾ ਜੁੜਦੇ ਗਏ, ਉਹ ਮੇਰਾ ਖਜ਼ਾਨਾ ਸੀ, ਇਹ ਮੇਰਾ ਖਜ਼ਾਨਾ ਨੇ, ਪਰ ਇਹ ਕਮਾਉਣੇ ਬਹੁਤ ਮੁਸ਼ਕਲ ਹੈ ਬਾਬਾ। ਉਹ ਫਿਰ ਤਾਂ ਹੀ ਤੁਹਾਨੂੰ ਲੋਕਾਂ ਦਾ ਇੰਨਾ ਪਿਆਰ ਤੇ ਮਿਲਿਆ, ਤੁਸੀਂ ਲੋਕਾਂ ਦਾ ਦਰਦ ਸਮਝਿਆ, ਉਸਨੇ ਕਿਰਪਾ ਕੀਤੀ ਮੇਰੇ, ਉਸਨੇ ਕਿਰਪਾ ਕੀਤੀ ਮੇਰੇ ਤੇ, ਦਿਆਲੂ ਸੀ। ਸੋ ਅੱਛਾ, ਫਿਰ ਉਹ ਬੰਦਾ ਫਿਰ ਬਹੁਤ ਮੇਰੇ ਨਾਲ ਨਾਰਾਜ਼ ਹੋਇਆ, ਮੇਰੇ ਤੇ ਕੇਸ ਕੀਤਾ ਬਕਾਇਦਾ। ਅੱਛਾ, ਔਰ ਕੇਸ ਦੇ ਵਿੱਚ ਜੋ ਕੁਛ ਹੋਇਆ
ਝੇਲਿਆ ਵੀ, ਉਹ ਵੀ ਮੇਰੀ ਜ਼ਿੰਦਗੀ ਦੇ ਉਤਰਾਵਾਂ ਚੜਾਵਾਂ ਦੇ ਵਿੱਚ ਇੱਕ ਸ਼ਾਮਿਲ ਸੀ। ਰੱਬ ਉਸਨੂੰ ਹੋਰ ਪਿਆਰ ਸਤਿਕਾਰ ਬਖਸ਼ੇ। ਸਾਡੀ ਕਿਸੇ ਨਾਲ ਕੋਈ ਜ਼ਾਤੀ ਦੁਸ਼ਮਣੀ ਨਹੀਂ ਹੈ, ਕੋਈ ਰੰਜਿਸ਼ ਰੱਖੀ ਨਹੀਂ ਹੈ, ਕਿਉਂਕਿ ਜਿਹੜੀ ਜੋ ਚੀਜ਼ ਹੁੰਦੀ ਆ ਉਹਦੇ ਉਸਨੇ ਲਿਖ ਕੇ ਭੇਜਿਆ ਹੋਇਆ। ਸੋ ਫਿਰ ਅਸੀਂ ਕਿਹਦੇ ਨਾਲ ਗੁੱਸੇ ਹੋਣਾ, ਜਿਹੜੀ ਚੀਜ਼ ਲਿਖ ਕੇ ਭੇਜੀ ਗਈ ਆ ਉਹਦੇ 'ਚ ਸਾਡਾ ਤਾਂ ਕੋਈ ਨਹੀਂ। ਉਸ ਦੌਰ 'ਤੇ ਵੀ ਕੋਈ ਗੀਤ ਜਾਂ ਲਿਖਿਆ ਜਾਂ ਗਾਇਆ ਉਸ ਦੌਰ ਉਸ ਵੇਲੇ ਦੇ ਇਸ ਦੁਖਾਂਤ ਬਾਰੇ, ਇਸ ਦੁਖਾਂਤ ਬਾਰੇ ਵੀ ਕੋਈ, ਇਸ ਦੁਖਾਂਤ ਬਾਰੇ ਇਸ ਤਰ੍ਹਾਂ ਦੇ ਗੀਤ ਨੇ ਗੀਤਾਂ ਦੇ ਵਿੱਚ, ਕਿਉਂਕਿ ਉਸ ਚੀਜ਼ ਨੂੰ ਜ਼ਰੂਰੀ ਨਹੀਂ ਹੁੰਦਾ ਕਿ ਉਸੇ ਨੂੰ ਕਥਾ ਬਣਾ ਕੇ ਬਹਿ ਜਾਈਏ। ਕਈ ਚੀਜ਼ਾਂ ਹੁੰਦੀਆਂ ਪਰਦੇ ਵਾਲੀਆਂ, ਕਈ ਵਾਰ ਮੌਕੇ ਜਿਵੇਂ ਉਹ ਤੁਸੀਂ ਲਿਖਿਆ ਸੀ ਉਹ ਮੈਂ ਧਰਤੀ ਪੰਜਾਬ ਦੀ, ਹਾਂਜੀ ਹਾਂ, ਉਹ ਫਿਰ ਉਹਦੇ ਵਿੱਚ ਹੀ ਸ਼ਾਮਲ ਸੀਗਾ ਜੀ। ਮੈਂ ਧਰਤੀ ਪੰਜਾਬ ਦੀ ਲੋਕੋ ਬਸਤੀ ਉੱਜੜ ਗਈ, ਕਿਉਂਕਿ ਉਸ ਦੌਰ ਦਾ ਹੀ ਉਹ ਸੀ, ਉਸੇ ਗੋਲਡਨ ਟੈਂਪਲ ਦੀ ਜਿਹੜਾ ਬਲੂ ਸਟਾਰ ਓਪਰੇਸ਼ਨ ਸੀਗਾ ਉਹਦੇ 'ਚ